ਅੱਜ ਜਿੱਦਣ ਦਾ ਤੋੜ ਵਿਛੋੜ ਹੋਇਆ ਕਹਾਂਗਾ ਆਪਣੇ ਬੀਜੇਪੀ ਦਾ ਤੇ ਅਕਾਲੀ ਦਲ ਦਾ, ਉਸੇ ਦਿਨ ਤੋਂ ਹੈ ਵੀ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ ਤਾਂ ਆਹ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਇਹਦੇ 'ਤੇ ਠੱਲ ਲਾਈ ਜਾ ਸਕਦੀ ਹੈ, ਲੋਕਾਂ ਦੀ ਭਾਵਨਾ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਅਕਾਲੀ ਬੀਜੇਪੀ ਗੱਠਜੋੜ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਨੇ ਤੇ ਨਾਲ ਹੀ ਜਾਖੜ ਇਸ ਬਿਆਨ ਦੇ ਨਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਕਿਸਾਨ ਅੰਦੋਲਨ ਦੇ ਰਾਹ ਤੇ ਨੇ ਤਾਂ ਫਿਰ ਕਿਸ ਮੂੰਹ ਦੇ ਨਾਲ ਗੱਠਜੋੜ ਕਰ ਰਹੇ ਨੇ। ਨਹੀਂ, ਕਿਸ ਮੂੰਹ ਸੇ ਹੋਣੇ ਜਾ ਰਹਾ ਹੈ? ਵਹੀ ਕਿਸਾਨੋਂ ਕੀ ਸਮੱਸਿਆ, ਵਹੀ ਖੜੀ ਹੈ, ਤੋ ਕਿਸ ਮੂੰਹ ਸੇ ਜਾਏਂਗੇ ਗਾਓ ਮੇ ਅਕਾਲੀ ਦਲ ਵਾਲੇ ਬੀਜੇਪੀ ਕਿਸੇ ਸਮਝੌਤਾ ਕਰਕੇ ਵੋਟ ਮੰਗਣੇ ਕੇ ਲੀਏ? ਆਪਕੋ ਲਗਤਾ ਹੈ ਕਿ ਯੇ ਗਠਬੰਧਨ ਹੋਣੇ ਜਾ ਰਹਾ ਹੈ? ਗਠਬੰਧਨ ਕਭੀ ਟੂਟੇ ਨਹੀਂ ਥਾ, ਥੋੜੀ ਦੇਰ ਕੇ ਲੀਏ ਲੱਗ ਹੋਏ ਥੇ, ਲੇਕਿਨ 0 × 0 = 0। ਸੁਨੀਲ ਜਾਖੜ ਦੇ ਪੁਰਾਣੇ ਸਾਥੀ ਤੇ ਸੀਨੀਅਰ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਿਸ਼ਾਨਾ ਸਾਧਿਆ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਸਮਝੌਤਾ ਕਰਨ ਦੇ ਲਈ ਤੜਫ ਰਹੇ ਨੇ। ਸੁਖਜਿੰਦਰ ਰੰਧਾਵਾ ਨੇ ਟਵੀਟ ਕਰਦੇ ਲਿਖਿਆ ਕਿ ਜਾਖੜ ਜੀ ਪੰਜਾਬ ਜਾਣਦਾ ਹੈ ਕਿ ਬੀਜੇਪੀ ਅਤੇ ਅਕਾਲੀ ਦਲ ਗੁਪਤ ਰੂਪ ਤੋਂ ਸਮਝੌਤਾ ਕਰਨ ਦੇ ਲਈ ਤੜਫ ਰਹੇ ਨੇ। ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਇੱਛਾ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ। ਸੁਖਬੀਰ ਬਾਦਲ ਖੁੱਲ੍ਹ ਕੇ ਬੋਲਣ ਕਿ ਉਹਨਾਂ ਨੂੰ ਬੰਦੀ ਸਿੱਖਾਂ ਦੇ, ਕਿਸਾਨਾਂ ਦੇ, ਯੁਆਪਾ ਤਹਿਤ ਗ੍ਰਿਫਤਾਰ ਪੰਜਾਬੀ ਨੌਜਵਾਨਾਂ ਦੇ ਮੁੱਦੇ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੱਤਾ ਦੇ ਲਈ ਉਹ ਹਰ ਸਮਝੌਤਾ ਕਰਨ ਦੇ ਲਈ ਤਿਆਰ ਨੇ। ਬਾਕੀ ਸੁਨੀਲ ਜਾਖੜ ਜੀ, ਤੁਸੀਂ ਤਾਂ ਹੁਣ ਖਾਕੀ ਨਿੱਕਰ ਤਾਂ ਪਹਿਨ ਹੀ ਲਈ ਹੈ। ਤਾਂ ਉੱਧਰ ਪੰਜਾਬ ਕਾਂਗਰਸ ਪ੍ਰਧਾਨ ਅਕਾਲੀ ਭਾਜਪਾ ਗੱਠਜੋੜ 'ਤੇ ਮੋਹਰ ਲਗਾ ਰਹੇ ਨੇ। ਰਾਜਾ ਵੜਿੰਗਰੇ ਤਾਂ ਸਮਝੌਤੇ ਦਾ ਫਾਰਮੂਲਾ ਵੀ ਦੱਸ ਦਿੱਤਾ। ਉਹ ਤਾਂ ਗੱਠਜੋੜ ਹੋ ਚੁੱਕਿਆ, ਇਸੇ ਕਰਕੇ ਤਾਂ ਸੁਖਬੀਰ ਸਿੰਘ ਬਾਦਲ ਬੋਲ ਨਹੀਂ ਰਿਹਾ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ, ਭਾਜਪਾ ਦੇ ਖਿਲਾਫ ਇੱਕ ਬਿਆਨ, ਪੰਜਾਬ ਸਰਕਾਰ ਨੂੰ ਉਹ ਕੋਸ ਰਹੇ। ਅੰਦਰੋਂ ਗੱਠਜੋੜ ਹੋ ਚੁੱਕਿਆ, ਆਲਰੇਡੀ 6-7 ਦਾ ਸਮਝੌਤਾ ਹੋ ਚੁੱਕਿਆ, ਪਰ ਪੰਜਾਬ 'ਚੋਂ ਅਕਾਲੀ ਦਲ ਦੀ ਹੋਂਦ ਮੁਕੰਮਲ ਤੌਰ 'ਤੇ ਖਤਮ ਹੋ ਜਾਏਗੀ। ਅਸੀਂ ਤਾਂ ਚਾਹੁੰਦੇ ਹਾਂ ਕਿ ਸਮਝੌਤਾ ਜਲਦੀ ਹੋ ਜਾਏ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਤਾਂ ਕੁਛ ਹੈ ਨਹੀਂ ਗਾ, ਪਟੜੀ ਜਮ੍ਹਾਂ ਲਾਈਨ ਤੋਂ ਲੈ ਜਾਏ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਨਿਊਜ਼ 18 'ਤੇ ਹੀ ਵੱਡਾ ਬਿਆਨ ਦਿੱਤਾ ਸੀ ਕਿ ਲੋਕਾਂ ਦੀ ਭਾਵਨਾ ਹੈ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋਵੇ, ਦੋਵੇਂ ਧਿਰਾਂ ਰਲ ਕੇ ਚੋਣ ਲੜਨ ਅਤੇ ਪੰਜਾਬ ਦੇ ਨਾਲ ਹੋਰੀ ਠੱਗੀ ਨੂੰ ਠੱਲ ਪਵੇ। ਅਤੇ ਇਸੇ ਬਿਆਨ ਦੇ ਨਾਲ ਦੋਵੇਂ ਪਾਰਟੀਆਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈਆਂ। ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ। ਅੱਜ ਜਿੱਦਣ ਦਾ ਤੋੜ ਵਿਛੋੜ ਹੋਇਆ ਕਹਾਂਗਾ ਆਪਣੇ ਬੀਜੇਪੀ ਦਾ ਤੇ ਅਕਾਲੀ ਦਲ ਦਾ, ਉਸੇ ਦਿਨ ਤੋਂ ਹੈ ਵੀ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ ਤਾਂ ਆਹ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਇਹਦੇ 'ਤੇ ਠੱਲ ਲਾਈ ਜਾ ਸਕਦੀ ਹੈ, ਲੋਕਾਂ ਦੀ ਭਾਵਨਾ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਅਕਾਲੀ ਬੀਜੇਪੀ ਗੱਠਜੋੜ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਨੇ ਤੇ ਨਾਲ ਹੀ ਜਾਖੜ ਇਸ ਬਿਆਨ ਦੇ ਨਾਲ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਕਿਸਾਨ ਅੰਦੋਲਨ ਦੇ ਰਾਹ ਤੇ ਨੇ ਤਾਂ ਫਿਰ ਕਿਸ ਮੂੰਹ ਦੇ ਨਾਲ ਗੱਠਜੋੜ ਕਰ ਰਹੇ ਨੇ। ਨਹੀਂ, ਕਿਸ ਮੂੰਹ ਸੇ ਹੋਣੇ ਜਾ ਰਹਾ ਹੈ? ਵਹੀ ਕਿਸਾਨੋਂ ਕੀ ਸਮੱਸਿਆ, ਵਹੀ ਖੜੀ ਹੈ, ਤੋ ਕਿਸ ਮੂੰਹ ਸੇ ਜਾਏਂਗੇ ਗਾਓ ਮੇ ਅਕਾਲੀ ਦਲ ਵਾਲੇ ਬੀਜੇਪੀ ਕਿਸੇ ਸਮਝੌਤਾ ਕਰਕੇ ਵੋਟ ਮੰਗਣੇ ਕੇ ਲੀਏ? ਆਪਕੋ ਲਗਤਾ ਹੈ ਕਿ ਯੇ ਗਠਬੰਧਨ ਹੋਣੇ ਜਾ ਰਹਾ ਹੈ? ਗਠਬੰਧਨ ਕਭੀ ਟੂਟੇ ਨਹੀਂ ਥਾ, ਥੋੜੀ ਦੇਰ ਕੇ ਲੀਏ ਲੱਗ ਹੋਏ ਥੇ, ਲੇਕਿਨ 0 × 0 = 0। ਸੁਨੀਲ ਜਾਖੜ ਦੇ ਪੁਰਾਣੇ ਸਾਥੀ ਤੇ ਸੀਨੀਅਰ ਕਾਂਗਰਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਨਿਸ਼ਾਨਾ ਸਾਧਿਆ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਸਮਝੌਤਾ ਕਰਨ ਦੇ ਲਈ ਤੜਫ ਰਹੇ ਨੇ। ਸੁਖਜਿੰਦਰ ਰੰਧਾਵਾ ਨੇ ਟਵੀਟ ਕਰਦੇ ਲਿਖਿਆ ਕਿ
ਜਾਖੜ ਜੀ ਪੰਜਾਬ ਜਾਣਦਾ ਹੈ ਕਿ ਬੀਜੇਪੀ ਅਤੇ ਅਕਾਲੀ ਦਲ ਗੁਪਤ ਰੂਪ ਤੋਂ ਸਮਝੌਤਾ ਕਰਨ ਦੇ ਲਈ ਤੜਫਰੇ ਨੇ। ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਇੱਛਾ ਦੱਸ ਕੇ ਭਾਜਪਾ ਦੇ ਖਿਲਾਫ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੋ। ਸੁਖਬੀਰ ਬਾਦਲ ਖੁੱਲ੍ਹ ਕੇ ਬੋਲਣ ਕਿ ਉਹਨਾਂ ਨੂੰ ਬੰਦੀ ਸਿੱਖਾਂ ਦੇ, ਕਿਸਾਨਾਂ ਦੇ, ਯੁਆਪਾ ਤਹਿਤ ਗ੍ਰਿਫਤਾਰ ਪੰਜਾਬੀ ਨੌਜਵਾਨਾਂ ਦੇ ਮੁੱਦੇ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਸੱਤਾ ਦੇ ਲਈ ਉਹ ਹਰ ਸਮਝੌਤਾ ਕਰਨ ਦੇ ਲਈ ਤਿਆਰ ਨੇ। ਬਾਕੀ ਸੁਨੀਲ ਜਾਖੜ ਜੀ, ਤੁਸੀਂ ਤਾਂ ਹੁਣ ਖਾਕੀ ਨਿੱਕਰ ਤਾਂ ਪਹਿਨ ਹੀ ਲਈ ਹੈ। ਤਾਂ ਉੱਧਰ ਪੰਜਾਬ ਕਾਂਗਰਸ ਪ੍ਰਧਾਨ ਅਕਾਲੀ ਭਾਜਪਾ ਗੱਠਜੋੜ 'ਤੇ ਮੋਹਰ ਲਗਾ ਰਹੇ ਨੇ। ਰਾਜਾ ਵੜਿੰਗਰ ਨੇ ਤਾਂ ਸਮਝੌਤੇ ਦਾ ਫਾਰਮੂਲਾ ਵੀ ਦੱਸ ਦਿੱਤਾ। ਉਹ ਤਾਂ ਗੱਠਜੋੜ ਹੋ ਚੁੱਕਿਆ, ਇਸੇ ਕਰਕੇ ਤਾਂ ਸੁਖਬੀਰ ਸਿੰਘ ਬਾਦਲ ਬੋਲ ਨਹੀਂ ਰਿਹਾ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਨਰਿੰਦਰ ਮੋਦੀ ਜੀ ਦੇ ਖਿਲਾਫ਼, ਭਾਜਪਾ ਦੇ ਖਿਲਾਫ਼ ਇੱਕ ਬਿਆਨ, ਪੰਜਾਬ ਸਰਕਾਰ ਨੂੰ ਉਹ ਕੋਸ ਰਹੇ। ਅੰਦਰੋਂ ਗੱਠਜੋੜ ਹੋ ਚੁੱਕਿਆ, ਆਲਰੇਡੀ 6-7 ਦਾ ਸਮਝੌਤਾ ਹੋ ਚੁੱਕਿਆ, ਪਰ ਪੰਜਾਬ 'ਚੋਂ ਅਕਾਲੀ ਦਲ ਦੀ ਹੋਂਦ ਮੁਕੰਮਲ ਤੌਰ 'ਤੇ ਖਤਮ ਹੋ ਜਾਏਗੀ। ਅਸੀਂ ਤਾਂ ਚਾਹੁੰਦੇ ਹਾਂ ਕਿ ਸਮਝੌਤਾ ਜਲਦੀ ਹੋ ਜਾਏ ਔਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਬਿਲਕੁਲ ਪਹਿਲਾਂ ਵੀ ਵੈਸੇ ਤਾਂ ਕੁਛ ਹੈ ਨਹੀਂਗਾ, ਪਟੜੀ ਜਮ੍ਹਾਂ ਲਾਈਨ ਤੋਂ ਲੈ ਜਾਏ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਨਿਊਜ਼ 18 'ਤੇ ਵੱਡਾ ਬਿਆਨ ਦਿੱਤਾ ਸੀ ਕਿ ਲੋਕਾਂ ਦੀ ਭਾਵਨਾ ਹੈ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋਵੇ, ਦੋਵੇਂ ਧਿਰਾਂ ਰਲ ਕੇ ਚੋਣ ਲੜਨ ਅਤੇ ਪੰਜਾਬ ਦੇ ਨਾਲ ਹੋਰੀ ਠੱਗੀ ਨੂੰ ਠੱਲ ਪਵੇ। ਅਤੇ ਇਸੇ ਬਿਆਨ ਦੇ ਨਾਲ ਦੋਵੇਂ ਪਾਰਟੀਆਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈਆਂ। ਬਿਊਰੋ ਰਿਪੋਰਟ, ਨਿਊਜ਼ 18, ਪੰਜਾਬ।